ਮਾਤਾ ਗੰਗਾ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਲ ਤੱਕਦੇ ਨੇ, ਆਪਣੇ ਪੁੱਤਰ ਦੀ ਜਾਂ ਇਉਂ ਕਹਿ ਲਓ ਵੀ ਆਪਣੇ ਗੁਰੂ ਦੀ ਵਡਿਆਈ ਨੂੰ ਤੱਕਦੇ ਨੇ, ਹਿਰਦੇ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ, ਹਿਰਦੇ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ। ਅਤੇ ਚੇਤਾ ਰੱਖਿਓ, ਜਿੰਨਾ ਚਿਰ ਮਨ ਦੀ ਸ਼ਾਂਤੀ ਨਹੀਂ ਨਾ ਮਿਲਦੀ, ਉਨਾ ਚਿਰ ਬਾਤ ਵੀ ਨਹੀਂ ਬਣਦੀ। ਇੱਕ ਆਨੰਦ ਦੀ ਅਵਸਥਾ ਅਤੇ ਇੱਕ ਖੁਸ਼ੀ ਦੀ ਅਵਸਥਾ, ਦੋ ਅਵਸਥਾਵਾਂ ਨੇ, ਇਹਦੇ ਵਿੱਚ ਬੜਾ ਅੰਤਰ ਹੈ। ਹਾਲਾਂਕਿ ਅਸੀਂ ਇਹਨਾਂ ਦੋਵਾਂ ਅਵਸਥਾਵਾਂ ਨੂੰ ਇੱਕੋ ਅਰਥ ਦੇ ਵਿੱਚ ਲੈ ਲੈਂਦੇ ਹਾਂ। ਆਨੰਦ ਪੈਦਾ ਹੁੰਦਾ ਹੈ ਮਾਤ ਗੰਗਾ ਜੀ ਦੇ ਹਿਰਦੇ ਦੇ ਅੰਦਰ, ਆਪਣੇ ਪੁੱਤਰ ਨੂੰ ਵੇਖ ਕੇ, ਗੁਰੂ ਨੂੰ ਵੇਖ ਕਰਕੇ ਸਿੱਖ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ, ਸ਼ਾਂਤੀ ਪੈਦਾ ਹੁੰਦੀ ਹੈ। ਅਤੇ ਗੁਰਮੁਖ ਪਿਆਰਿਓ, ਕਿਸੇ ਵੇਲੇ ਜਦੋਂ ਅਸੀਂ ਕੋਈ ਵੀ ਸਾਡੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ, ਚਾਹੇ ਕਿਸੇ ਗੁਰਸਿੱਖ ਪਿਆਰੇ ਨੂੰ ਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ, ਬੇਨਤੀ ਕਰਨ ਲੱਗਾ ਵੀ ਆਨੰਦ ਕੀ ਚੀਜ਼ ਹੈ, ਖੁਸ਼ੀ ਅਤੇ ਆਨੰਦ। ਮੈਂ ਬਹੁਤ ਵਾਰੀ ਇਹ ਬੇਨਤੀ ਕੀਤੀ ਹੈ, ਚੇਤਾ ਰੱਖਣਾ, ਜਦੋਂ ਕਿਸੇ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਅਤੇ ਅਗਲੇ ਬੰਦੇ ਨੂੰ ਵਧਾਈ ਦਿੱਤੀ ਜਾਂਦੀ ਹੈ ਵੀ ਤੇਰੇ ਘਰ ਪੁੱਤਰ ਪੈਦਾ ਹੋਇਆ ਹੈ, ਜਾਂ ਇਉਂ ਕਹਿ ਲਓ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਹੈ, ਜਾਂ ਇਉਂ ਕਹਿ ਲਓ ਵਿਆਹ ਹੋਇਆ, ਕੋਈ ਵੀ ਮੌਕਾ ਹੋਵੇ, ਅਸੀਂ ਉਹਨੂੰ ਇਹ ਗੱਲ ਕਹਿੰਦੇ ਹਾਂ ਤੈਨੂੰ ਵਧਾਈ ਹੋਵੇ, ਤੇਰੇ ਘਰ ਗੁਰੂ ਸਾਹਿਬ ਨੇ ਪੁੱਤਰ ਦੀ ਦਾਤ ਬਖਸ਼ੀ। ਅਗਲਾ ਬੰਦਾ ਆਖੂਗਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਵੀ ਮੇਰੇ ਘਰ ਪੁੱਤਰ ਦੀ ਦਾਤ ਗੁਰੂ ਨੇ ਬਖਸ਼ੀਏ। ਪਰ ਚੇਤਾ ਰੱਖਿਓ, ਉਹ ਖੁਸ਼ੀ ਜਿਹੜੀ ਹੈ ਨਾ, ਉਹ ਕੁਝ ਦਿਨਾਂ ਤੱਕ ਸੀਮਤ ਹੈ, ਉਹ ਖੁਸ਼ੀ ਇੱਕ ਮਹੀਨਾ ਰਹੇਗੀ, ਉਹ ਖੁਸ਼ੀ ਮਹੀਨੇ ਤੋਂ ਲਾ ਲਓ ਦੋ ਮਹੀਨੇ, ਛੇ ਮਹੀਨੇ ਤੱਕ ਖੁਸ਼ੀ ਰਹੇਗੀ, ਖੁਸ਼ੀ ਇੱਕ ਨਾ ਇੱਕ ਦਿਨ ਗਮ ਦੇ ਵਿੱਚ ਤਬਦੀਲ ਹੋ ਜਾਵੇਗੀ। ਪਰ ਚੇਤਾ ਰੱਖਿਓ, ਜਦੋਂ ਆਨੰਦ ਦੀ ਅਵਸਥਾ ਬਣਦੀ ਹੈ ਨਾ, ਆਨੰਦ ਦੀ ਜਦੋਂ ਅਵਸਥਾ ਬਣਦੀ ਹੈ, ਇਹ ਕਦੀ ਤਬਦੀਲ ਨਹੀਂ ਹੁੰਦੀ। ਇੱਕ ਵਾਰ ਬਣ ਜਾਵੇ ਅਤੇ ਜਿੰਨਾ ਚਿਰ ਇਸ ਹਿਰਦੇ ਦੇ ਵਿੱਚੋਂ ਸਵਾਸ ਨਹੀਂ ਨਿਕਲਦੇ, ਉਨਾ ਤੱਕ ਖਤਮ ਨਹੀਂ ਹੁੰਦੀ। ਇਹ ਤਾਂ ਬੰਦ ਬੰਦ ਦੇ ਭਾਵੇਂ ਕੱਟਿਆ ਜਾਵੇ ਪਰ ਆਨੰਦ ਕਦੀ ਜਾਂਦਾ ਨਹੀਂ। ਸੀਸ ਦੇ ਉੱਤੋਂ ਖੋਪਰੀ ਦੇ ਭਾਵੇਂ ਲੈ ਜਾਵੇ ਪਰ ਆਨੰਦ ਦੀ ਅਵਸਥਾ ਕਦੇ ਜਾਂਦੀ ਨਹੀਂ। ਆਨੰਦ ਦੀ ਅਵਸਥਾ ਕੇਵਲ ਅਤੇ ਕੇਵਲ ਪ੍ਰਾਪਤ ਵੀ ਗੁਰੂ ਤੋਂ ਹੁੰਦੀ ਹੈ, ਜਿਹਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਕਹੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਗੁਰੂ ਤੋਂ ਇਹ ਦਾਤ ਮਿਲਦੀ ਹੈ। ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁੱਖ ਵੱਲ ਤੱਕ ਕਰਕੇ ਮਾਤ ਗੰਗਾ ਜੀ ਦੇ ਹਿਰਦੇ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ।